सो मेरा यही मानना है कि मैं ये सारा पैसा मैं खालसा एड को दूंगा और मेरी तरफ से 25 लाख मैं इनको देना चाहता हूँ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਹੁਣ ਅਸੀਂ ਗੱਲ ਕਰਾਂਗੇ ਉਸ ਪੰਜਾਬੀ ਬਾਲੀਵੁੱਡ ਸਿੰਗਰ ਦੀ ਜਿਹੜਾ ਕਿ ਆਪਣੇ ਵਿਵਾਦਾਂ ਦੇ ਕਰਕੇ ਹਮੇਸ਼ਾ ਚਰਚਾ ਦੇ ਵਿੱਚ ਰਹਿੰਦਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਪੇਬੈਕ ਸਿੰਗਰ ਮੀਕਾ ਸਿੰਘ ਦੀ। ਮੀਕਾ ਸਿੰਘ ਨੇ ਇੱਕ ਅਜਿਹਾ ਐਲਾਨ ਕੀਤਾ ਜਿਸ ਨਾਲ ਮੀਕਾ ਸਿੰਘ ਨੇ ਆਪਣੇ ਫੈਨਸ ਦਾ ਦਿਲ ਦੁਬਾਰਾ ਤੋਂ ਜਿੱਤ ਲਿਆ। ਜੀ ਹਾਂ, ਮੀਕਾ ਸਿੰਘ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਮੀਕਾ ਸਿੰਘ ਨੇ ਕਿਹਾ ਕਿ ਉਹ ਪੰਜਾਬ, ਰਾਜਸਥਾਨ ਅਤੇ ਮਹਾਰਾਸ਼ਟਰ 'ਚ ਹੜ੍ਹ ਪੀੜਤਾਂ ਦੀ ਮਦਦ ਕਰਨਾ ਚਾਹੁੰਦੇ ਨੇ। ਮੀਕਾ ਸਿੰਘ ਨੇ ਆਪਣੀ ਇਸ ਵੀਡੀਓ ਦੇ ਵਿੱਚ ਕਿਹਾ ਹੈ ਕਿ 1 ਸਤੰਬਰ ਨੂੰ ਵਾਸ਼ਿੰਗਟਨ DC 'ਚ ਹੋਣ ਵਾਲੇ ਉਹਨਾਂ ਦੀ ਸ਼ੋਅ ਦੀ ਸਾਰੀ ਇਨਕਮ ਉਹ ਇਹਨਾਂ ਹੜ੍ਹ ਪੀੜਤਾਂ ਨੂੰ ਡੋਨੇਟ ਕਰਨਗੇ। ਉਸ ਤੋਂ ਬਾਅਦ ਮੀਕਾ ਸਿੰਘ ਨੇ ਇਹ ਵੀ ਕਿਹਾ ਕਿ ਉਹ ਆਪਣੇ ਵੱਲੋਂ 25 ਲੱਖ ਰੁਪਇਆ ਖਾਲਸਾ ਏਡ ਨੂੰ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਡੋਨੇਟ ਕਰਨਾ ਚਾਹੁੰਦੇ ਨੇ। ਆਓ ਤੁਸੀਂ ਵੀ ਨਜ਼ਰ ਮਾਰੋ ਮੀਕਾ ਸਿੰਘ ਦੀ ਇਸ ਵੀਡੀਓ ਦੇ ਉੱਤੇ। ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਵਾਲੇਕੁਮ, ਹਾਏ ਦੋਸਤੋ, ਮੈਂ ਹੂੰ ਮੀਕਾ ਸਿੰਘ ਔਰ ਮੈਂ ਇੱਕ ਬਾਤ ਆਪ ਸਭੀ ਸੇ ਸ਼ੇਅਰ ਕਰਨਾ ਚਾਹਤਾ ਹੂੰ ਕਿ 1 ਸਤੰਬਰ ਕੋ ਮੇਰਾ ਬਹੁਤ ਬੜਾ ਸ਼ੋਅ ਹੋ ਰਹਾ ਹੈ ਵਾਸ਼ਿੰਗਟਨ DC ਮੇ, USA ਮੇ। ਵਹਾਂ ਕੇ ਲੋਕ 73rd ਇੰਡੀਪੈਂਡੈਂਸ ਡੇ ਬਹੁਤ ਧੂਮਧਾਮ ਸੇ ਮਨਾ ਰਹੇ ਹੈ। 73rd ਇੰਡੀਪੈਂਡੈਂਸ ਡੇ ਮਨਾਇਆ ਜਾ ਰਹਾ ਹੈ ਵਾਸ਼ਿੰਗਟਨ DC ਮੇ ਔਰ ਮੈਂ ਚਾਹਤਾ ਹੂੰ ਕਿ ਵੋ ਸਾਰਾ ਪੈਸਾ ਜੋ ਇਕੱਠਾ ਹੋਗਾ ਵੋ ਮੈਂ ਡੋਨੇਟ ਕਰਨਾ ਚਾਹਤਾ ਹੂੰ ਟੂ ਦਾ ਫਲੱਡ ਇਨ ਮਹਾਰਾਸ਼ਟਰਾ, ਪੰਜਾਬ ਐਂਡ ਰਾਜਸਥਾਨ। ਔਰ ਦੋਸਤੋ, ਯਹਾਂ ਪੇ ਬਹੁਤ ਸਾਰੀ NGOs ਮੈਨੇ ਦੇਖੀ ਹੈ, ਲੇਕਿਨ ਇੱਕ NGO ਐਸੀ ਹੈ ਜੋ ਬਹੁਤ ਬੜਾ ਕੰਮ ਕਰ ਰਹੀ ਹੈ, ਜਿਸ ਕਾ ਨਾਮ ਹੈ ਖਾਲਸਾ ਏਡ। ਖਾਲਸਾ ਏਡ ਕੋ ਮੈਂ ਪਿਛਲੇ  3-4 ਸਾਲ ਸੇ ਦੇਖ ਰਹਾ ਹੂੰ ਕਿ ਹਰ ਜਗ੍ਹਾ ਯੇ ਲੋਕ ਜਾਤੇ ਹੈਂ, ਹਰ ਜਗ੍ਹਾ ਜਾ ਕੇ ਸਪੋਰਟ ਕਰਤੇ ਹੈਂ, ਹੈਲਪ ਕਰਤੇ ਹੈਂ, ਚਾਹੇ ਵੋ ਹਿੰਦੁਸਤਾਨੀ ਹੋ, ਚਾਹੇ ਹਿੰਦੁਸਤਾਨ ਸੇ ਬਾਹਰ ਹੋ, ਸੀਰੀਆ ਹੋ, ਕਹੀਂ ਵੀ ਯੇ ਲੋਕ ਪਹੁੰਚ ਜਾਤੇ ਹੈਂ ਆਪਣੀ ਟੀਮ ਲੈ ਕੇ ਔਰ ਬਹੁਤ ਬੜੇ ਪੈਮਾਨੇ ਮੇਂ ਯੇ ਸਪੋਰਟ ਕਰਤੇ ਹੈਂ ਐਂਡ ਆਪਣੀ NGO ਕੋ ਚਲਾਤੇ ਹੈਂ। ਸੋ ਮੇਰਾ ਯਹੀ ਮਾਨਨਾ ਹੈ ਕਿ ਮੈਂ ਇਹ ਸਾਰਾ ਪੈਸਾ ਮੈਂ ਖਾਲਸਾ ਏਡ ਕੋ ਦੂੰਗਾ ਔਰ ਮੇਰੀ ਤਰਫ ਸੇ 25 ਲੱਖ ਮੈਂ ਇਨਕੋ ਦੇਣਾ ਚਾਹਤਾ ਹੂੰ ਖਾਲਸਾ ਏਡ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਜੈ ਹਿੰਦ। I'm Supriya Gera. I'm a 20-year engineering student. So, I joined BodyFab about 3-4 months back. And मैंने अपनी वेट लॉस जर्नी 84 kg से स्टार्ट करी थी एंड नाउ आई एम अबाउट 69 kg। आई स्ट्रॉन्गली रिकमेंड जो अपना वेट लॉस करना चाहते हैं, जो ओबेसिटी से बाहर आना चाहते हैं, जो अपने हेल्थ इश्यूज़ को इम्प्रूव करना चाहते हैं, अपनी ईटिंग हैबिट्स को इम्प्रूव करना चाहते हैं, BodyFab इज द राइट प्लेस टू गाइड यू। होया खैर हुआ सा।